ਫਤਿਹਗੜ੍ਹ ਸਾਹਿਬ 'ਚ ਨਹੀਂ ਮੁੱਕਿਆ ਪਾਣੀ, ਲੋਕੋਂ ਨਾ ਫੈਲਾਓ ਝੂਠੀਆਂ ਅਫਵਾਹਾਂ। ਪੰਜਾਬ 'ਚ ਕਿਵੇਂ ਮੁੱਕ ਸਕਦਾ ਹੈ ਜ਼ਮੀਨੀ ਪਾਣੀ? ਪਿੰਡ ਵਾਲਿਆਂ ਨੇ ਵਾਇਰਲ ਵੀਡੀਓ ਦਾ ਦੱਸਿਆ ਸੱਚ। ਨਹੀਂ, ਸੋਸ਼ਲ ਮੀਡੀਆ 'ਤੇ ਤਾਂ ਪੋਸਟਾਂ ਪਾ ਕੇ ਵੀ ਅਫਵਾਹ ਫੈਲਾ ਰਹੀ ਪੁੱਤੋਂ 'ਚ ਪਾਣੀ ਮੁੱਕ ਗਿਆ। ਇਹ ਗਲਤ ਕਰਾਇਆ, ਗਲਤ ਗਲਤ। 200 ਫੁੱਟ ਬੋਰ ਕਰਨ 'ਤੇ ਮਿਲ ਰਿਹਾ ਪਾਣੀ, ਝੂਠ ਨਾ ਬੋਲੋ। ਸਾਡੇ ਜੀ ਟੈਂਕੀ ਵਾਲਾ ਬੋਰ ਦਾ ਮੱਸਿਆ ਜੀ, ਸਾਡੇ ਹੋਰ ਮੋਟਰ ਸਭ ਪਾਣੀ ਠੀਕ ਹੈ ਜੀ। ਸਰਕਾਰੀ ਪਾਣੀ ਘਰਾਂ ਤੱਕ ਪਹੁੰਚਣ ਵੇਲੇ ਆ ਰਹੀਆਂ ਨੇ ਦਿੱਕਤਾਂ। ਪਾਣੀ ਦੀ ਕੋਈ ਪ੍ਰੋਬਲਮ ਹੈ, ਟੈਂਕੀ ਦੇ ਬੋਰ ਦੀ ਪ੍ਰੋਬਲਮ ਆ। ਟੈਂਕੀ ਭਰਦੀ ਨਹੀਂ ਹੈਗੀ, ਪਾਣੀ ਚੱਲਦਾ ਹੁਣ ਤਾਂ ਜਮਾ ਹੀ ਬੰਦ ਆ। ਨਹੀਂ, ਤੁਹਾਡੇ ਪਿੰਡ ਵਿੱਚ ਆਉਂਦਾ ਹੈ, ਪਤਾ ਨਹੀਂ ਕਿੱਥੇ ਤੇ ਆਉਂਦਾ ਇਹ ਵੀ ਭਰਦੀ ਨਹੀਂ ਹੈ ਪੂਰੀ, ਨੀਵੇਂ ਨੀਵੇਂ ਥਾਂ ਚੱਲ ਮਾੜਾ ਮੋਟਾ ਆ ਜਾਂਦਾ। ਜਿਹੜੇ ਨੇ ਜਦੇ ਚਲਾ ਲਏ ਟੂਟੂ ਪੰਪਾਂ ਨਾਲ ਚੜ੍ਹਦਾ ਉਹ ਵੀ ਨਹੀਂ। ਜਿਹੜਾ ਪਾਣੀ ਹੈ ਪਿੰਡ 'ਚੋਂ, ਪਾਣੀ ਤਾਂ ਨਹੀਂ ਮੁੱਕਿਆ? ਪੀਣੀ ਤਾਂ ਪਾਣੀ ਤਾਂ ਕੋਈ ਨਹੀਂ ਮੁੱਕਿਆ, ਪਾਣੀ ਤਾਂ ਮੋਟਰਾਂ ਚੱਲਦੀਆਂ, ਸਾਰਾ ਕੁਛ ਸਭ ਬਾਹਰ ਅਤੇ ਖੇਤਾਂ 'ਚੋਂ ਵੀ ਪਾਣੀ ਆ ਰਿਹਾ ਹੁਣ। ਨਹੀਂ, ਸੋਸ਼ਲ ਮੀਡੀਆ 'ਤੇ ਤਾਂ ਪੋਸਟਾਂ ਪਾ ਕੇ ਵੀ ਅਫਵਾਹ ਫੈਲਾ ਰਹੀ ਪੁੱਤੋਂ 'ਚ ਪਾਣੀ ਮੁੱਕ ਗਿਆ। ਇਹ ਗਲਤ ਕਰਾਇਆ, ਗਲਤ ਗਲਤ, ਇਹ ਝੂਠੀ ਗੱਲ ਆ ਨਾ? ਝੂਠੀ ਗੱਲ ਆ, ਜਮਾ ਝੂਠੀ ਅਫਵਾਹ ਫੈਲਾਈ ਜਾ ਰਹੀ ਹੈ, ਬਿਲਕੁਲ ਝੂਠੀ। ਵੀ ਜਿਹੜਾ ਪਿੰਡ ਵਾਲਾ ਪਾਣੀ ਦਾ ਬੋਰ ਖਰਾਬ ਹੋ ਗਿਆ, ਕਿੰਨੇ ਮਹੀਨੇ ਤੋਂ ਖਰਾਬ ਹੈ ਜੀ? ਇਹ ਮੇਰੇ ਖਿਆਲ 5-6 ਮਹੀਨੇ ਤਾਂ ਹੋ ਗਏ, ਲਗਭਗ 4 ਬੰਦੇ ਆ ਕੇ ਗਿਆ ਉਰੇ, ਜਦੋਂ ਕਹਿੰਦਾ ਮੈਂ 5-7 ਦਿਨਾਂ ਵਿੱਚ ਮਤਲਬ ਬੋਰ ਕਰਵਾ ਦਿੰਦਾ। ਵੋਟਾਂ ਵਾਲੇ ਹੁਣ ਲੀਡਰ ਆਏ ਤੇ ਹੁਣ ਨਹੀਂ, ਜਦ ਨਹੀਂ ਕਿਹਾ ਜੀ? ਹੁਣ ਉਹਨਾਂ ਨੇ ਆ ਪਾਣੀ ਥੋੜਾ ਜਿਹਾ ਨਹੀਂ ਪਾਣੀ ਛਡਾਇਆ, ਉਹਦੇ ਨਾਲ ਕਦੇ ਆ ਜਾਂਦਾ ਕਦੇ ਨਹੀਂ ਵੀ ਆਉਂਦਾ। ਇਹ ਤੁਹਾਡੇ ਪਿੰਡ 'ਚ ਤਾਂ ਫਿਰ ਬਹੁਤ ਮਾੜੀ ਹਾਲਤ ਹੋਊਗੀ ਪਾਣੀ ਬਿਨਾਂ? ਹਾਂਜੀ, ਪਾਣੀ ਪੀਣ ਵਾਲੇ ਪਾਣੀ ਦੀ ਤਾਂ ਹਾਲਤ ਬਾਹਰ ਖੇਤਾਂ 'ਚ ਹੈਗਾ। ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ? ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਪਹਿਲਾਂ ਸਾਡਾ ਇਹ ਬੋਰ ਹੋਣਾ ਚਾਹੀਦਾ, ਸਭ ਤੋਂ ਪਹਿਲਾਂ ਬੜੀ ਗੱਲ ਇਹ ਆ ਵੀ ਪਾਣੀ ਦਾ ਬੋਰ ਹੋਣਾ ਚਾਹੀਦਾ। ਇਹ ਤੁਹਾਡੇ ਪਿੰਡ ਜਿਹੜੀ ਪਾਣੀ ਦੀ ਸਮੱਸਿਆ, ਕੀ ਪ੍ਰੋਬਲਮ ਹੈ ਜੀ? ਸਾਡੇ ਜੀ ਟੈਂਕੀ ਵਾਲਾ ਬੋਰ ਦਾ ਮੱਸਿਆ ਜੀ, ਸਾਡੇ ਹੋਰ ਮੋਟਰ ਸਭ ਪਾਣੀ ਠੀਕ ਹੈ ਜੀ। ਜਿਹੜਾ ਟੈਂਕੀ ਵਾਲਾ ਬੋਰ ਹੈ, ਹਾਂਜੀ, ਉਹਦੀ ਸਮੱਸਿਆ ਜੀ, ਉਹ ਬੋਰ ਖਰਾਬ ਹੋ ਗਿਆ। ਹਾਂਜੀ, ਉਹ ਜਿਸ ਦੇ ਕਾਰਨ ਜਿਹੜੀ ਪਿੰਡ ਦੇ ਵਿੱਚ ਪਾਣੀ ਦੀ ਕਿੱਲਤ ਆ ਰਹੀ ਹੈ, ਪਿੰਡ ਦੇ ਵਿੱਚ ਪਾਣੀ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ। ਹਾਂਜੀ, ਉਂਝ ਜਿਹੜਾ ਖੇਤਾਂ ਦੇ ਵਿੱਚ ਜਿਹੜੀ ਸਮਰਥੀਬਲ ਲੱਗੀਆਂ ਨੇ ਜਾਂ ਘਰਾਂ ਦੇ ਵਿੱਚ ਸਮਰਥੀਬਲ ਮੁੜ ਰਹੇ, ਉਹ ਸਭ ਠੀਕ ਨੇ? ਕੋਈ ਪਾਣੀ ਦੀ ਪ੍ਰੋਬਲਮ ਨਹੀਂ? ਪਾਣੀ ਦੀ ਕੋਈ ਪ੍ਰੋਬਲਮ ਨਹੀਂ, ਟੈਂਕੀ ਦੇ ਬੋਰ ਦੀ ਪ੍ਰੋਬਲਮ ਆ। ਕਿੰਨੇ ਫੁੱਟ ਤੇ ਪਾਣੀ ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ 200, ਪੂਰੇ ਪਿੰਡਾਂ 'ਚ ਜਿਹੜਾ ਬਾਹਰਲਾ ਉਹ 500 ਫੁੱਟ ਵੀ ਆ, ਇਹ ਪਿੰਡ ਦੇ ਵਿੱਚ 200 ਫੁੱਟ ਹੈ। ਹਾਂਜੀ, ਇਹ ਜਿਹੜੀ ਵੀ ਸੋਸ਼ਲ ਮੀਡੀਆ 'ਤੇ ਅਫਵਾਹ ਫੈਲਾ ਰਹੀ ਹੈ ਪਿੰਡ ਪੱਤੋ 'ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਪਾਣੀ ਮੁੱਕ ਗਿਆ, ਇਹ ਝੂਠੀ ਹੈ? ਇਹ ਪਾਣੀ ਮੁੱਕਿਆ ਨਹੀਂ, ਧਰਤੀ ਨਹੀਂ ਮੁੱਕਦਾ ਜੀ ਪਾਣੀ। ਨਹੀਂ, ਸੋਸ਼ਲ ਮੀਡੀਆ 'ਤੇ ਹੀ ਘੁਮਾਇਆ ਜਾ ਰਿਹਾ, ਇਹ ਝੂਠੀ ਝੂਠੀ ਗੱਲ ਫੈਲਾਈ ਜਾ ਰਹੀ ਹੈ ਨਾ? ਪਾਣੀ ਮੁੱਕੂਗਾ ਫਿਰ ਤਾਂ ਬੋਰ ਹੋਣੇ ਨਹੀਂ। ਤੁਹਾਡੇ ਪਿੰਡ 'ਚ ਮੋਟਰਾਂ ਬੋਰ ਵੀ ਹੋ ਰਹੇ ਨੇ ਹੁਣ ਜੀ? ਹਾਂ, ਬੋਰ ਹੋ ਰਹੇ। ਹਾਂਜੀ, ਸੇਠ ਜੀ ਕੀ ਨਾਮ ਹੈ ਜੀ? ਸੁਨੀਲ ਮਹਿਤਾ ਜੀ। ਇਹ ਤੁਹਾਡੇ ਪਿੰਡ ਜਿਹੜੇ ਪਾਣੀ ਦੀ ਕੀ ਸਮੱਸਿਆ ਇਹ? ਬਸ ਇਹ ਪਾਣੀ ਟੈਂਕੀ ਦੀ ਦਿੱਕਤ ਹੈ ਜੀ। ਟੈਂਕੀ ਦੀ ਦਿੱਕਤ ਹੈ? ਹਾਂਜੀ। ਊਂ ਪਾਣੀ ਦੀ ਕੋਈ ਪ੍ਰੋਬਲਮ ਨਹੀਂ? ਊਂ ਪਾਣੀ ਧਰਤੀ ਵਿੱਚੋਂ ਕੋਈ ਨਹੀਂ ਮੁੱਕਿਆ? ਕੋਈ ਨਹੀਂ ਮੁੱਕਿਆ ਜੀ। ਇਹ ਜਿਹੜੀ ਟੈਂਕੀ ਵਾਲਾ ਬੋਰ ਖਰਾਬ ਹੋ ਗਿਆ? ਬਸ ਉਹੀ ਪ੍ਰੋਬਲਮ ਹੈ। ਬਲਵੀਰ ਸਿੰਘ, ਇਹ ਤੁਹਾਡੇ ਪਿੰਡ ਜਿਹੜੀ ਪਾਣੀ ਦੀ ਸਮੱਸਿਆ, ਕੀ ਪ੍ਰੋਬਲਮ ਹੈ ਪਾਣੀ ਦੀ ਜੀ? ਟੈਂਕੀ ਦਾ ਬੋਰ ਖੜ ਗਿਆ ਵੀਰੇ। ਅੱਛਾ, ਇਹਦੇ ਕਰਕੇ ਤੁਹਾਡੇ ਪਿੰਡ ਦੇ ਵਿੱਚ ਪਾਣੀ ਦੀ ਬਹੁਤ ਭਾਰੀ ਸਮੱਸਿਆ ਆ ਰਹੀ ਹੈ? ਹਾਂ, ਪੂਰੀ ਆ ਰਹੀ ਜਿੰਨੀ ਕਹਿ ਰਹੇ ਮੈਂ। ਅਤੇ ਜਿਹੜੇ ਮਨੁੱਖਾਂ ਦੇ ਨਾਲ ਪਸ਼ੂਆਂ ਨੂੰ ਵੀ ਉੱਧਰ ਅੱਧ ਤੇ ਲਿਆ ਲਿਆ ਕੇ ਪਲਾਉਂਦੇ ਹਾਂ, ਧੱਕੇ ਖਾ ਰਹੇ ਹਾਂ। ਬਹੁਤ ਬੁਰਾ ਹਾਲ ਹੈ ਜੀ। ਹਾਂ, ਕੀ ਮੰਗ ਕਰਦੇ ਤੁਸੀਂ? ਪਾਣੀ ਹੋਣਾ ਚਾਹੀਦਾ, ਪਾਣੀ ਦੀ ਮੰਗ ਹੋਰ ਕਿਆ, ਪਾਣੀ ਬੜੀ ਚੀਜ਼ ਆ ਇਹ। ਨਹੀਂ ਸਰਕਾਰ। ਕਮਲਜੀਤ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਪੱਤੋਂ ਜੀ। ਇਹ ਸੋਸ਼ਲ ਮੀਡੀਆ 'ਤੇ ਜਿਹੜੀ ਤੁਹਾਡੇ ਪਿੰਡ ਦੀਆਂ ਪੋਸਟਾਂ ਘੁੰਮ ਰਹੀਆਂ ਨੇ ਕਿ ਪਾਣੀ ਮੁੱਕ ਗਿਆ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜੀ? ਇਹਦੇ ਵਿੱਚ ਇਹ ਸੱਚਾਈ ਹੈ ਜੀ, ਸਾਡਾ ਜਿਹੜਾ ਟੈਂਕੀ ਵਾਲਾ ਬੋਰ ਆ ਇਹ ਕੱਦਾਂ ਖੜਾ ਹੈ ਜੀ, ਫੇਲ ਹੋ ਗਿਆ। ਦੁਬਾਰਾ ਗੌਰਮੈਂਟ ਨੇ ਬੋਰ ਨਹੀਂ ਕਰਾਇਆ, 2-4-5 ਮਹੀਨੇ ਹੋ ਗਏ।
ਉਹ ਫਿਰ ਪਾਣੀ ਨਹੀਂ, ਸਾਰੇ ਪਿੰਡ 'ਚ ਟੈਂਕੀ ਦਾ ਪਾਣੀ ਆਉਂਦਾ, ਇੱਥੇ ਪਾਣੀ ਵੈਸੇ ਡੂੰਘੇ ਆ ਇਸ ਕਰਕੇ ਟੈਂਕੀ ਦਾ ਪਾਣੀ ਆਉਂਦਾ, ਉਹ ਪਾਣੀ ਫਿਰ ਪਾਣੀ ਦੀ ਕਿੱਲਤ ਬਹੁਤ ਆ। ਬਾਕੀ ਨਹਿਰ ਵਾਲਾ ਪਾਣੀ ਕਹਿੰਦੇ ਆਉਣਾ ਹੈ, ਉਹ ਵੀ ਸਾਡੇ ਪੂਰਾ ਨਹੀਂ ਆ ਰਿਹਾ ਨਾ ਆਉਂਦਾ। ਸਾਰੇ ਪਿੰਡ 'ਚ ਬਹੁਤ ਪ੍ਰੋਬਲਮ ਆ, ਲੋਕਾਂ ਨੇ ਬੋਰ ਘੱਟ ਕਰਾਏ ਹੋਏ ਆ ਜਿਹੜੇ ਆਪਣੇ ਘਰ ਦੇ ਵਿੱਚ ਬੋਰ ਹੁੰਦੇ ਆ। ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਹੈ ਕਿ ਪਾਣੀ ਵੈਸੇ ਹੈਗਾ, ਪਰ ਪਾਣੀ ਆਹੀ ਹੈ ਕਿ ਗੌਰਮੈਂਟ ਨੇ ਬੋਰ ਨਹੀਂ ਕਰਾਇਆ, ਟੈਂਕੀ ਵਾਲੇ ਪਾਣੀ ਪੀਣ ਯੋਗਾ ਪਾਣੀ ਨਹੀਂ ਰਿਹਾ। ਅਤੇ ਜਿਹੜਾ ਮਤਲਬ ਜਿਹੜੇ ਖੇਤਾਂ 'ਚ ਸਮਰਥੀਬਲ ਲੱਗੇ ਨੇ ਜਾਂ ਹੁਣ ਘਰਾਂ 'ਚ ਲੱਗੇ ਨੇ, ਉਹਨਾਂ ਵਿੱਚ ਕੋਈ ਦਿੱਕਤ ਨਹੀਂ? ਜਿਹੜਾ ਸਰਕਾਰੀ ਬੋਰ ਆ ਉਹ ਖਰਾਬ ਹੋ ਗਿਆ? ਉਹ ਖਰਾਬ ਹੋ ਗਿਆ। ਜਿਹੜੀਆਂ ਪੋਸਟਾਂ ਵਾਲੇ ਜਿਹੜੇ ਹੁਣ ਘਰ ਵਾਲੇ ਬੋਰ ਆ, ਇਹ ਵੈਸੇ ਇਹ ਗੌਰਮੈਂਟ ਪਾਸ ਨਹੀਂ ਹੈਗੇ, ਇੱਕ ਪੀਨੇ ਅਸੀਂ ਕਰਾਏ ਹੋਏ ਹਾਂ। ਜਿਹੜਾ ਆਹ ਬੋਰ ਆ ਟੈਂਕੀ ਵਾਲਾ, ਇਹ 1000 ਫੁੱਟ ਹੁੰਦਾ, ਉਹ ਪੀਣ ਯੋਗ ਪਾਣੀ ਹੈ। ਇਹ ਜਿਹੜੀ ਇਹ ਅਫਵਾਹ ਫੈਲਾਈ ਜਾ ਰਹੀ ਹੈ ਪੋਸਟਾਂ ਪਾ ਕੇ ਵੀ ਪਾਣੀ ਮੁੱਕ ਗਿਆ, ਇਹ ਇਹ ਤਾਂ ਨਹੀਂ ਮੁੱਕਿਆ? ਨਹੀਂ ਹੈ ਪਾਣੀ ਮੁੱਕਣ ਵਾਲੀ ਗੱਲ ਕੋਈ ਨਹੀਂ, ਇਹ ਨਹੀਂ ਹੈ ਕਿ ਪਾਣੀ ਮੁੱਕ ਗਿਆ। ਹੁਣ ਖੇਤਾਂ 'ਚ ਬੋਰਾਂ 'ਚ ਹੈਗਾ ਪਾਣੀ, ਤਾਂ ਇਹੋ ਜਿਹੀ ਗੱਲ ਨਹੀਂ। ਹੁਣ ਘਰਾਂ ਬੋਰ ਕਰਾ ਰਹੇ ਸਾਰੇ, ਪਾਣੀ ਤਾਂ ਹੈਗਾ, ਪਰ ਉਹ ਮਤਲਬ ਗੌਰਮੈਂਟ ਵੱਲੋਂ ਪੀਣ ਯੋਗਾ ਨਹੀਂ ਹੈ। ਜਿਹੜਾ ਤੁਹਾਡੇ ਗੁਆਂਢ 'ਚ ਵੀ ਬੋਰ ਹੋ ਰਿਹਾ ਜੀ, ਇਹ ਵੀ ਹੈਗਾ ਪਾਣੀ, ਠੀਕ ਹੈ 200 ਫੁੱਟ ਪਰ ਹੈਗਾ, 300 ਫੁੱਟ ਵੀ ਹੈਗਾ, ਪਰ ਪੀਣ ਯੋਗਾ ਨਹੀਂ। ਜਿਹੜਾ 1000 ਫੁੱਟ ਵਾਲਾ ਟੈਂਕੀ ਵਾਲਾ ਬੋਰ ਆ, ਇਹ ਫਿਰ ਜਾ ਕੇ ਪੀਣ ਯੋਗਾ ਪਾਣੀ ਹੈ। ਵੈਸੇ ਆਮ ਘਰਾਂ 'ਚ ਬੋਰ ਕਰਾਈਏ ਕਿੰਨੇ ਫੁੱਟ ਪਾਣੀ ਤੁਹਾਡੇ ਪਿੰਡ 'ਚ? 200 ਫੁੱਟ ਪਰ। 200 ਫੁੱਟ 'ਤੇ ਪਾਣੀ ਹੈ? ਹਾਂਜੀ। ਝੂਠੀ ਫਵਾਹ ਪਲਾਈ ਜਾ ਰਹੀ ਹੈ ਪਾਣੀ ਮੁੱਕ ਗਿਆ? ਨਹੀਂ ਪਾਣੀ ਉਹ ਨਹੀਂ ਮੁੱਕਿਆ ਹੈਗਾ ਪਾਣੀ ਉਹ ਤਾਂ ਤੈਨੂੰ ਪਤਾ ਹੀ ਆਪਾਂ ਜੀ ਵੀ ਜਿਹੜਾ ਪਾਣੀ ਹੈ ਇਹ ਪੀਣ ਯੋਗ ਨਹੀਂ ਹੈਗਾ, ਮਤਲਬ ਪੀਣ ਯੋਗ ਨਹੀਂ, ਪਾਸ ਨਹੀਂ ਹੈ, ਪਾਸ ਨਹੀਂ। ਹਾਂ ਇਹ ਕਿੱਲਤ, ਮੇਨ ਕਿੱਲਤ ਇਹ ਹੈ। MLA ਨੂੰ ਕਹਿਤਾ, MP ਨੂੰ ਕਹਿ ਲਿਆ, ਸਾਰੇ ਆ ਰਹੇ, ਪਰ ਬੋਰ ਤਾਂ ਕੋਈ ਨਹੀਂ ਹੋਇਆ। ਤੁਹਾਡੀ ਸਰਕਾਰ ਤੋਂ ਕੀ ਮੰਗ ਹੈ? ਸਾਡੀ ਸਰਕਾਰ ਤੋਂ ਇਹੀ ਮੰਗ ਆ ਕਿ ਟੈਂਕੀ ਵਾਲਾ ਬੋਰ, ਬੜਾ ਬੋਰ ਹੋਵੇ, ਪਾਣੀ ਸਾਰੇ ਪਿੰਡ 'ਚ ਆਵੇ। ਇਹ ਮਤਲਬ ਜਿਹੜਾ ਗਰਮੀ ਦਾ ਮੌਸਮ ਹੈ, ਇਹ ਪਾਣੀ ਕਿਵੇਂ ਪੂਰਾ ਕਰ ਰਹੇ ਹੋ ਤੁਸੀਂ ਆਪਣਾ ਪਾਣੀ? ਲੋਕ ਟੈਂਕਰ ਨਾਲ ਭਰ ਭਰ ਕੇ ਬੋਰਾਂ 'ਤੇ ਲਿਆਉਂਦੇ ਹਾਂ ਖੇਤਾਂ 'ਚੋਂ, ਪਾਣੀ ਤਾਂ ਪੂਰਾ ਕਰਦੇ, ਸਾਰੇ ਪਿੰਡ 'ਚ ਘੁੰਮਦਾ ਵਿਚਾਰੇ, ਸਾਰੇ ਲੋਕ ਭਰਦੇ ਆ। ਕਿੰਨੇ ਟੈਂਕਰ ਹੈ ਜੀ? ਟੈਂਕਰ ਤਾਂ ਪਿੰਡ 'ਚ ਇੱਕ ਦੋ ਤਿੰਨ ਟੈਂਕਰ ਆ, ਇੱਕ ਟੈਂਕਰ ਹੈ ਗੌਰਮੈਂਟ ਦਾ, ਤਾਂ ਬਾਕੀ ਦਾ ਲੋਕਾਂ ਦੇ ਆਪਣੇ ਆ, ਕੋਈ ਕਿਰਾਏ ਪਰ ਕਿੱਲੇ ਆ, ਕੁਛ ਕਰਿਆ ਹੈ, ਆਪਣਾ ਹੀਲਾ ਕਰਦੇ ਆ, ਕੋਈ ਊਂ ਭਰਦਾ ਵਿਚਾਰਾ ਰੇਹੜੀਆਂ। ਪਰ ਇਹ ਤਾਂ ਫਿਰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ, ਪਰੇਸ਼ਾਨੀ ਦਾ। ਲੋਕਾਂ ਨੂੰ ਹੋਰ ਕੰਮ ਆ, ਸਾਡੇ ਪਿੰਡ 'ਚ ਲੋਕਾਂ ਨੂੰ ਪਾਣੀ ਦਾ ਹੀ ਕੰਮ ਹੋਇਆ ਹੈ, ਸੁਬਹ ਦੇ ਉੱਠ ਕੇ ਪਾਣੀ ਤੁਰ ਪਏ ਨੇ, ਤੁਹਾਨੂੰ ਪਤਾ ਪਖਾਨਾ ਬੰਦੇ ਨੇ ਪਾਣੀ ਪੀਣਾ, ਨਹਾਉਣਾ, ਕਿਉਂਕਿ ਗਰਮੀ ਦਾ ਮੌਸਮ ਹੈ। ਗਰਮੀ ਦਾ ਮੌਸਮ ਆ, ਜਿਨ੍ਹਾਂ ਦੇ ਬੋਰ ਆ ਉਹ ਤਾਂ ਠੀਕ ਹੈ, ਜਿਨ੍ਹਾਂ ਦੇ ਬੋਰ ਹੈ ਨਹੀਂ, 70% ਦਾ ਲੋਕਾਂ ਦੇ ਬੋਰ ਨਹੀਂ ਹੈ, ਹਰੀਜਨਾਂ ਦੇ ਬਹੁਤ ਘੱਟ ਬੋਰ ਆ ਸਾਡੇ ਪਿੰਡ, ਉਹ ਵਿਚਾਰੇ ਸਾਰੇ ਨੱਠੇ ਫਿਰਦੇ। ਮਨੁੱਖਾਂ ਦੇ ਨਾਲ ਜਿਹੜੇ ਬੇਜਵਾਨ ਪਸ਼ੂ ਨੇ ਉਹਨਾਂ ਨੂੰ ਵੀ, ਹਾਂ ਉਹ ਵੀ ਨਾਲੇ ਸਾਰੇ ਡੰਗਰਾਂ ਨੂੰ ਬੜਾ ਔਖਾ, ਹੁਣ ਇਹੀ ਗਰਮੀ ਡੰਗਰਾਂ ਨੂੰ ਪਾਣੀ ਪਿਲਾਈਏ, ਨਹਾਈਏ, ਕੀ ਕਰੀਏ, ਪਾਣੀ ਮਸੀ ਪਿਲਾ ਹੁੰਦਾ ਲਿਆ ਕੇ ਨਹਾਉਣਾ ਇੱਕ ਪਾਸੇ ਰਿਹਾ। ਹਾਂ ਜੀ, ਬਲਦੇਵ ਸਿੰਘ ਮੇਰਾ ਨਾਮ, ਪਿੰਡ ਪੱਤੂ ਹੈ ਮੈਂ। ਅਸੀਂ ਇਹ ਪਾਣੀ ਬਾਰੇ ਗੱਲ ਕਰਦੇ ਹਾਂ, ਸਰਕਾਰੀ ਟਿਊਬਵੈੱਲ ਜਿਹੜਾ ਸਾਡਾ ਟੈਂਕੀ ਦਾ ਟਿਊਬਵੈੱਲ ਹੈ, ਉਹਦਾ ਬੋਰ ਖਰਾਬ ਹੋ ਗਿਆ, ਪਾਣੀ ਬੋਰ ਕੱਢਦਾ ਨਹੀਂ ਹੈ, ਪਾਣੀ ਦੀ ਬੜੀ ਪ੍ਰੋਬਲਮ ਹੈ। ਜਿਹੜੇ ਸਾਡੇ ਨੁਮਾਇੰਦੇ ਆ ਜਾਂ ਸਾਰੇ ਸਰਕਾਰ ਆਪਣੇ ਸਿਆਸੀ, ਉਹਨਾਂ ਨੂੰ ਇਹੀ ਮੰਗ ਕਰੀ ਅਸੀਂ ਵੀ ਸਾਡੇ ਪਾਣੀ ਦਾ ਕੋਈ ਇੰਤਜ਼ਾਮ ਕੀਤਾ ਜਾਵੇ। ਜਿਹੜਾ ਬਾਕੀ ਜਿਹੜੇ ਪਿੰਡ ਦੇ ਵਿੱਚ ਜਿਹੜੇ ਖੇਤਾਂ 'ਚ ਮੋਟਰਾਂ ਨੇ ਉਹਨਾਂ ਦਾ ਪਾਣੀ ਕਿਵੇਂ? ਖੇਤਾਂ ਦਾ ਪਾਣੀ ਠੀਕ ਆ ਜੀ, ਉਹ ਸੋਸ਼ਲ ਮੀਡੀਆ 'ਤੇ ਤਾਂ ਇਹ ਵਾਇਰਲ ਹੋ ਰਹੀਆਂ ਪੋਸਟਾਂ ਵੀ ਪੱਤੋਂ 'ਚ ਪਾਣੀ ਮੁੱਕ ਗਿਆ। ਪਾਣੀ ਮੁੱਕਿਆ ਨਹੀਂ ਹੈ, ਪਾਣੀ ਪਿੰਡ 'ਚ ਮੁੱਕ ਗਿਆ, ਪਿੰਡ ਦਾ ਪਾਣੀ ਦੀ ਪ੍ਰੋਬਲਮ ਆ ਸਾਰੀ। ਨਹੀਂ ਜਿਹੜੇ ਪਿੰਡ ਦੀ, ਜਿਹੜਾ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆ ਸਾਨੂੰ। ਨਹੀਂ ਜਿਹੜਾ ਮਤਲਬ ਜਿਹੜਾ ਟੈਂਕੀ ਵਾਲਾ ਬੋਰ ਆ ਉਹਦੀ ਪ੍ਰੋਬਲਮ ਹੈ, ਟੈਂਕੀ ਵਾਲਾ ਬੋਰ ਬੰਦ ਹੋ ਗਿਆ, ਉਹਦਾ ਪਾਣੀ ਨਹੀਂ ਕੱਢਦੀ, ਰੇਤਾ ਕੱਢਦਾ ਬੋਰ, ਉਹਦੇ 'ਚ ਬੋਰ ਦਮਾ ਹੋਣਾ ਚਾਹੀਦਾ ਜਾਂ ਨਹਿਰੀ ਪਾਣੀ ਸਾਨੂੰ ਵਧੀਆ ਮਿਲਣਾ ਚਾਹੀਦਾ। ਉਹ ਆਮ ਜਿਹੜੇ ਖੇਤਾਂ 'ਚ ਕੋਈ ਪਾਣੀ ਦੀ ਪ੍ਰੋਬਲਮ ਨਹੀਂ? ਉਹ ਕੋਈ ਪ੍ਰੋਬਲਮ ਨਹੀਂ ਹੈ ਜੀ।